ਅਸਲਾਮ ਵਾਲੇਕੁਮ, ਕੀ ਹਾਲ ਚਾਲ ਆ ਸਾਰਿਆਂ ਦਾ? ਜਿੱਦਾਂ ਕਿ ਤੁਸੀਂ ਮੈਨੂੰ ਜਾਣਦੇ, ਮੈਂ ਥੋੜ੍ਹਾ ਸ਼ਾਮੀ, ਅਤੇ ਇਹ ਹੈਗਾ ਮੇਰਾ ਅੱਜ ਦਾ ਮਿੰਨੀ ਵਲੌਗ। ਅਤੇ ਆਓ ਤੁਹਾਨੂੰ ਸੈਰ ਕਰਵਾਉਂਦੇ ਹਾਂ ਪੀਰਮਲ ਸਿਟੀ ਦੀ। ਮੈਂ ਅਤੇ ਅੱਬੂ ਜਾ ਰਹੇ ਹਾਂ ਪੀਰਮਲ ਸਿਟੀ, ਗੱਡੀ ਦਾ ਥੋੜ੍ਹਾ ਜਿਹਾ ਕੰਮ ਕਰਵਾਉਣਾ ਅਤੇ ਹੋਰ ਛੋਟੇ ਛੋਟੇ ਦੋ ਤਿੰਨ ਕੰਮ ਆ। ਅਤੇ ਇਹ ਹੈਗੀ ਗੱਡੀ ਸਾਡੀ GLI, ਜਿਹੜੀ ਕਿ ਅਲਟਸ ਐਕਸ ਦੇ ਵਿੱਚ ਕਨਵਰਟ ਹੋਈ ਹੋਈ ਆ, ਮਤਲਬ ਮੋਡੀਫਾਈਡ ਹੋਈ ਹੋਈ ਆ। ਅਤੇ ਫਿਰ ਮੈਂ ਲਾਇਆ ਦਰਵਾਜ਼ਾ, ਦਰਵਾਜ਼ਾ ਲਾ ਕੇ ਮੈਂ ਵੀ ਜਾ ਕੇ ਬਹਿ ਗਿਆ ਗੱਡੀ ਦੇ ਵਿੱਚ ਅੱਬੂ ਦੇ ਨਾਲ। ਅਤੇ ਅਸੀਂ ਨਿਕਲ ਗਏ ਘਰੋਂ। ਅਤੇ ਇਹ ਹੈਗਾ ਸਾਡਾ ਪਿੰਡ 332 ਗਾਫੇ ਜਾਖੜਾ, ਜਿਹੜਾ ਕਿ ਪੂਰੇ ਇਲਾਕੇ ਦੇ ਵਿੱਚ ਮਸਾਲੀ ਪਿੰਡ ਵੀ ਗਿਣਿਆ ਜਾਂਦਾ ਵਾ। ਅਤੇ ਬਾਕੀ ਸਾਰਾ ਤੁਹਾਨੂੰ ਮੈਂ ਨਾਲ ਦੀ ਨਾਲ ਦੱਸਦੇ ਜਾਊਂਗਾ। ਅਤੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਹੈਗਾ। ਅਤੇ ਇਹ ਹੈਗਾ ਜੀ 333 ਦਾ ਡਿਗਰੀ ਸਾਇੰਸ ਕਾਲਜ, ਅਤੇ ਉਹਦੇ ਬਿਲਕੁਲ ਸਾਹਮਣੇ ਹੈਗਾ ਜੀ ਐਲੀਮੈਂਟਰੀ ਸਕੂਲ। ਅਤੇ ਇੱਥੋਂ ਮੈਂ ਆਪਣੀ ਸਟੱਡੀ ਵੀ ਪੂਰੀ ਕੀਤੀ। ਅਸੀਂ ਪਹੁੰਚ ਗਏ ਪੀਰਮਾਲ ਸਿਟੀ। ਪੀਰਮਾਲ ਸਿਟੀ ਪਹੁੰਚ ਕੇ ਸਾਨੂੰ ਇੱਕ ਗਲੀ ਦਾ ਮੁਕਾਲਤਾ ਲੱਗ ਗਿਆ, ਅਤੇ ਅਸੀਂ ਆ ਗਏ ਗਲਤ ਗਲੀ ਦੇ ਵਿੱਚ। ਅਸੀਂ ਚੈੱਕ ਕਰਾਉਣਾ ਸੀ ਗੱਡੀ ਦਾ AC, ਅਤੇ ਉਹ ਰਹਿ ਗਈ ਦੁਕਾਨ ਪਿੱਛੇ, ਅਤੇ ਸਾਡੇ ਨਾਲ ਮੋਏ ਮੋਏ ਹੋ ਗਈ। ਅਸੀਂ ਫਿਰ ਮੋੜੀ ਗੱਡੀ ਪਿੱਛੇ ਅਤੇ ਨਿਕਲੇ ਆਏ ਪਿੱਛੇ ਨੂੰ, ਅਤੇ ਆ ਗਏ ਘਰਾਂ ਵਾਲੀ ਵਰਕਸ਼ਾਪ ਦੇ ਵਿੱਚ। ਇੱਥੇ ਆ ਕੇ ਹਜੇ ਗੱਡੀ ਲਾਈ ਸੀ, ਅਤੇ ਸਾਰੇ ਪਤਾ ਨਹੀਂ ਇੱਦਾਂ ਇਕੱਠੇ ਹੋਏ ਗੱਡੀ ਨੂੰ ਕੀ ਹੋਇਆ ਹੋਇਆ। ਅਤੇ ਗੱਡੀ ਜੋ ਚੈੱਕ ਕੀਤੀ, ਗੱਡੀ 'ਤੇ ਸਿਰਫ AC ਦਾ ਗੈਸ ਘੱਟ ਸੀਗਾ। ਅਤੇ ਅਸੀਂ ਗੱਡੀ ਦਾ ਗੈਸ ਭਰਵਾਇਆ, ਥੋੜ੍ਹੀ ਦੇਰ ਬੈਠੇ ਉੱਥੇ। ਅੱਬੂ ਦਾ ਦੋਸਤ ਸੀ, ਅੱਬੂ ਨੇ ਗੱਪਾਂ ਛੱਪਾਂ ਲਾਈਆਂ, ਅਤੇ ਆ ਗਏ ਵਾਪਸ। ਅਤੇ ਸਾਡੀ ਗੱਡੀ ਦਾ ਕੰਮ ਹੋ ਗਿਆ ਸੀ ਮੁਕੰਮਲ। ਅਤੇ ਅਸੀਂ ਉੱਥੇ ਵਰਕਸ਼ਾਪ 'ਚੋਂ ਨਿਕਲੇ ਹਾਂ, ਗੱਡੀ ਬੈਕ ਕੀਤੀ ਆ। ਬੈਕ ਕਰਨ ਤੋਂ ਬਾਅਦ ਸਾਨੂੰ ਸੀਟ ਬੈਲਟ ਦੀ ਜਿਹੜੀ ਟੂੰ ਟੂੰ ਦੀ ਆਵਾਜ਼ ਹੁੰਦੀ ਹੈ ਨਾ, ਉਹ ਬਹੁਤ ਤੰਗ ਕਰ ਰਹੀ ਸੀ। ਅਤੇ ਅਸੀਂ ਸੀਟ ਬੈਲਟ ਲਾਉਣਾ ਨਹੀਂ ਹੁੰਦਾ, ਮੈਂ ਅੱਬੂ ਨੂੰ ਕਿਹਾ ਅੱਬੂ ਚੱਲੀਏ ਆਪਾਂ ਪੁਸ਼ਿਸ਼ ਹਾਊਸ 'ਤੇ, ਉੱਥੇ ਅਸੀਂ ਸੀਟ ਬੈਲਟ ਵਾਲੀ ਜਿਹੜੀ ਚਾਬੀ ਹੁੰਦੀ ਆ ਉਹ ਲੈ ਕੇ ਗੱਡੀ ਦੇ ਵਿੱਚ ਲਾਈਏ। ਅਤੇ ਇੰਨੀ ਦੇਰ ਦੇ ਵਿੱਚ ਅਸੀਂ ਪਹੁੰਚ ਗਏ ਪੁਸ਼ਿਸ਼ ਹਾਊਸ 'ਤੇ, ਅਤੇ ਮੈਂ ਗੱਡੀ 'ਚੋਂ ਉਤਰ ਕੇ ਗਿਆ ਚਾਬੀ ਲੈਣ ਸੀਟ ਬੈਲਟ ਵਾਲੀ। ਅਤੇ ਜਾ ਕੇ ਦੇਖਿਆ ਉੱਥੇ ਦੁਕਾਨ ਵਾਲਾ ਹੈ ਹੀ ਨਹੀਂ ਸੀ, ਇਸ ਕੇ ਚੱਲ ਵਾਪਸੀ 'ਤੇ ਫੜ ਲਾਂਗੇ। ਅਸੀਂ ਉਸ ਤੋਂ ਅੱਗੇ ਬਾਅਦ ਗਏ ਹਾਂ ਜੀ ਮੈਡੀਕਲ ਸਟੋਰ 'ਤੇ, ਅਤੇ ਮੇਰਾ AC ਦੇ ਨਾਲ ਸਿਰ ਦਰਦ ਹੋਣ ਲੱਗ ਪਿਆ। ਮੈਡੀਕਲ ਤੋਂ ਜਾ ਕੇ ਥੋੜ੍ਹੀ ਮੈਡੀਸਨ ਲੈਣੀ ਸੀ, ਅੱਬੂ ਉਹ ਲੈ ਕੇ ਆਏ ਆ, ਅਤੇ ਲੈ ਕੇ ਅਸੀਂ ਚੱਲ ਗਏ ਅਗਲਾ ਕੰਮ ਕਰਨ। ਅਤੇ ਅਸੀਂ ਆ ਗਏ ਪੀਰਮਾਲ ਦੇ ਅੱਲਾ ਵਾਲੇ ਚੌਕ 'ਚ ਮੇਨ ਬਾਜ਼ਾਰ 'ਚ, ਅਤੇ ਅੱਬੂ ਨੇ ਇੱਥੋਂ ਲੈਣਾ ਸੀ ਮੋਬਾਈਲ ਦਾ ਕਵਰ, ਅਤੇ ਮੈਂ ਅੰਮੀ ਦੀਆਂ ਐਨਕਾਂ ਫੜ ਕੇ ਲੈ ਕੇ ਨਹੀਂ ਆਇਆ ਸੀ, ਕੱਲ੍ਹ ਨਜ਼ਰ ਚੈੱਕ ਕਰਵਾਉਣ ਆਇਆ ਸੀ, ਅਤੇ ਅੱਜ ਐਨਕਾਂ ਮਿਲੀਆਂ ਸੀ। ਮੈਂ ਐਨਕਾਂ ਫੜ ਕੇ ਲੈ ਕੇ ਆਇਆ, ਅਤੇ ਅੱਬੂ ਨੇ ਆਪਦੇ ਮੋਬਾਈਲ ਦਾ ਕਵਰ ਲੈ ਲਿਆ ਸੀ। ਮੈਂ ਕਿਹਾ ਨਹੀਂ ਅੱਬੂ, ਅੰਮੀ ਦੇ ਮੋਬਾਈਲ ਦਾ ਵੀ ਕਵਰ ਲੈਣਾ ਆ, ਉਹ ਵੀ ਖਰਾਬ ਹੋਇਆ ਹੋਇਆ। ਦੇਰ 'ਚ ਦੁਕਾਨ ਵਾਲਾ ਭਾਈ ਕਹਿਣ ਲੱਗ ਪਿਆ ਕਿ ਮੈਨੂੰ ਆਪਦੇ ਚੈਨਲ ਦਾ ਨਾਂ ਦੱਸ ਦਿਓ, ਮੈਂ ਤੁਹਾਡੀ ਵੀਡੀਓ ਦੇਖੂੰਗਾ, ਲਾਈਕ ਵੀ ਕਰੂੰਗਾ। ਅਤੇ ਮੈਂ ਫਿਰ ਕੀਤਾ ਅੰਮੀ ਦੇ ਮੋਬਾਈਲ ਦਾ ਕਵਰ ਪਸੰਦ, ਅਤੇ ਮੈਨੂੰ ਆਇਆ ਨੀਲੇ ਰੰਗ ਦਾ ਕਵਰ ਪਸੰਦ, ਅਤੇ ਉਹ ਲਿਆ ਵਾ। ਅਸੀਂ ਨਿਕਲ ਗਏ ਹਾਂ ਵਾਪਸੀ ਲਈ, ਅਤੇ ਅਸੀਂ ਉੱਥੋਂ ਨਿਕਲੇ ਹਾਂ ਵਾਪਸ ਆਏ ਹਾਂ। ਅਤੇ ਅੱਬੂ ਕਹਿੰਦੇ ਜੀ ਕੇਲੇ ਵੀ ਲੈ ਕੇ ਜਾਣੇ ਆ। ਅਸੀਂ ਰੇਹੜੀ 'ਤੇ ਕੇਲੇ ਦੇਖੇ, ਬਹੁਤ ਸੋਹਣੇ ਸੀ, ਪਰ ਜੋ ਕੋਲ ਗਏ ਉਹ ਸੀਗੇ ਕੱਚੇ। ਅਤੇ ਅਸੀਂ ਉੱਥੋਂ ਆ ਗਏ ਅੱਗੇ ਨਿਕਲੇ, ਅਤੇ ਫਿਰ ਉਸ ਤੋਂ ਬਾਅਦ ਆਏ ਅਸੀਂ ਕਾਰਾਂ ਦੇ ਸਪੇਅਰ ਪਾਰਟ ਵਾਲੀ ਦੁਕਾਨ 'ਤੇ। ਸਾਨੂੰ ਚਾਹੀਦੇ ਸੀਗੇ ਕਾਰਾਂ ਦੇ ਬੂਫਰ, ਸਾਨੂੰ ਇੱਥੋਂ ਪਸੰਦ ਨਹੀਂ ਆਏ, ਸਹੀ ਨਹੀਂ ਸੀਗੇ, ਅਤੇ ਅਸੀਂ ਫਿਰ ਉਹ ਵੀ ਨਹੀਂ ਲਏ ਹੈਗੇ। ਅਤੇ ਆ ਗਏ ਵਾਪਸ, ਵਾਪਸ ਆ ਕੇ ਅਸੀਂ ਉਸੇ ਚੌਕ ਦੇ ਵਿੱਚੋਂ ਕੇਲੇ ਲਏ ਆ, ਕੇਲੇ ਲੈ ਕੇ ਨਿਕਲ ਆਏ ਵਾਪਸ। ਅਤੇ ਮੈਂ ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ ਬਹੁਤ ਵੱਡਾ ਫੈਨ ਹਾਂ, ਅਤੇ ਉਹਨਾਂ ਦੀ ਇੱਕ ਨਵੀਂ ਗਜ਼ਲ ਆਈ ਆ, ਮੈਨੂੰ ਬਹੁਤ ਪਿਆਰੀ ਲੱਗੀ, ਅਤੇ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰਦਾ। ਅਤੇ ਇੰਨੀ ਦੇਰ 'ਚ ਪਹੁੰਚ ਗਏ ਅਸੀਂ ਘਰ। ਮੈਂ ਉੱਤਰ ਕੇ ਦਰਵਾਜ਼ਾ ਖੋਲ੍ਹਿਆ, ਹਵਾ ਬਹੁਤ ਜ਼ਿਆਦਾ ਚੱਲਣ ਡਈ ਸੀ, ਅਤੇ ਮੈਨੂੰ ਦਰਵਾਜ਼ਾ ਫੜ ਕੇ ਰੱਖਣੇ ਪਿਆ। ਅਤੇ ਅੱਬੂ ਨੇ ਲਾਈ ਗੱਡੀ ਅੰਦਰ। ਇਹ ਹੈਗਾ ਸੀਗਾ ਜੀ ਸਾਡਾ ਅੱਜ ਦਾ ਮਿੰਨੀ ਵਲੌਗ। ਅਤੇ ਸਾਡੀਆਂ ਮਜ਼ੀਦ ਇੱਦਾਂ ਦੀਆਂ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ।